ਸਾਥੀਓ ਨਮਸਕਾਰ, ਮੈਂ ਹੁਣੇ ਆਪਣੇ ਆਫਿਸ ਦੇ ਵਿੱਚ ਆਇਆ ਅਤੇ ਕੁਛ ਸੋਸ਼ਲ ਮੀਡੀਆ ਦੇ ਉੱਤੇ ਕਿ ਸ਼ੀਤਲ ਅੰਗਰਾਲ ਰਾਜਨ ਅੰਗਰਾਲ ਨੂੰ ਪੁਲਿਸ ਚੱਕ ਕੇ ਲੈ ਗਈ ਹੈ ਅਤੇ ਜਿਹੜੇ ਲੋਕਾਂ ਨੇ ਗਲਤ ਕੰਮ ਕਰਨਾ ਪੁਲਿਸ ਉਹਨਾਂ ਨੂੰ ਚੱਕ ਕੇ ਲੈ ਕੇ ਜਾਊਗੀ। ਮੈਂ ਨਾ ਕੋਈ ਗਲਤ ਕੰਮ ਦੇ ਵਿੱਚ ਹੈ, ਨਾ ਮੈਨੂੰ ਚੱਕ ਕੇ ਲੈ ਕੇ ਜਾ ਸਕਦੇ। ਇਹ ਤੁਹਾਨੂੰ ਸ਼ਾਮ ਤੱਕ ਇੱਦਾਂ ਦੀਆਂ ਖਬਰਾਂ ਬਹੁਤ ਆਉਣਗੀਆਂ ਕਿ ਮੈਨੂੰ ਪੁਲਿਸ ਲੈ ਗਈ, ਮੇਰੇ ਬੰਦਿਆਂ ਨੂੰ ਪੁਲਿਸ ਲੈ ਗਈ, ਲੋਕਾਂ ਨੂੰ ਵੋਟ ਦਿੱਤਾ, ਲੜਾਈ ਹੋ ਗਈ, ਕਿਤੇ ਗੋਲੀ ਚੱਲ ਗਈ। ਇਹ ਝੂਠੀਆਂ ਜਿਹੜੇ ਅਫਵਾਹ ਫੈਲਾਉਣਗੇ ਇਹ ਲੋਕ, ਕਿਸੇ ਨੇ ਕੋਈ ਘਬਰਾਉਣਾ ਨਹੀਂ, ਕਿਸੇ ਨੇ ਚਿੰਤਾ ਨਹੀਂ ਕਰਨੀ। ਮੈਂ ਬਿਲਕੁਲ ਠੀਕ ਹੈ, ਪਾਰਟੀ ਦੇ ਸਾਰੀ ਵੋਟ 'ਚ ਜਵਾਬ ਉਹ ਦੇਣਗੇ। ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ, ਪੱਤਰਕਾਰ ਵਿਦੋੜਾ ਪਰਿਵਾਰ ਹੋ, ਪਲੀਜ਼ ਇਹਨਾਂ ਲੋਕਾਂ ਦੀਆਂ ਗੱਲਾਂ 'ਚ ਨਾ ਆਓ, ਇੱਦਾਂ ਦੀ ਝੂਠੀਆਂ ਖਬਰਾਂ ਨਾ ਪਾਓ। ਮੈਂ ਪਾਰਟੀ ਦਾ ਕੰਮ ਕਰ ਰਿਹਾ, ਲੋਕਾਂ ਦੇ ਕੋਲ ਜਾ ਕੇ ਵੋਟ ਦੀ ਅਪੀਲ ਕਰ ਰਿਹਾ ਕਿ ਜ਼ਰੂਰੀ ਨਹੀਂ ਵੋਟ ਕਿਹਨੂੰ ਦੇਣੀ ਹੈ। ਮੈਂ ਸੁਬਹਾ ਦਾ ਹੀ ਅਪੀਲ ਕਰ ਰਿਹਾ ਕਿ ਜਿਹਨੂੰ ਮਰਜ਼ੀ ਵੋਟ ਦਿਓ, ਤਾਂ ਵੋਟ ਪਾਉਣ ਜ਼ਰੂਰ ਚਾਹੁੰਦੇ। ਸਾਥੀਓ ਨਮਸਕਾਰ, ਮੈਂ ਹੁਣੇ ਆਪਣੇ ਆਫਿਸ ਦੇ ਵਿੱਚ ਆਇਆ ਕਿ ਕੁਛ ਸੋਸ਼ਲ ਮੀਡੀਆ ਦੇ ਉੱਤੇ ਕਿ ਸ਼ੀਤਲ ਅੰਗਰਾਲ ਰਾਜਨ ਅੰਗਰਾਲ ਨੂੰ ਪੁਲਿਸ ਚੱਕ ਕੇ ਲੈ ਗਈ ਹੈ ਅਤੇ ਜਿਹੜੇ ਲੋਕਾਂ ਨੇ ਗਲਤ ਕੰਮ ਕਰਨਾ ਪੁਲਿਸ ਉਹਨਾਂ ਨੂੰ ਚੱਕ ਕੇ ਲੈ ਕੇ ਜਾਊਗੀ। ਮੈਂ ਨਾ ਕੋਈ ਗਲਤ ਕੰਮ ਦੇ ਵਿੱਚ ਹੈ, ਨਾ ਮੈਨੂੰ ਚੱਕ ਕੇ ਲੈ ਕੇ ਜਾ ਸਕਦੇ। ਇਹ ਤੁਹਾਨੂੰ ਸ਼ਾਮ ਤੱਕ ਇੱਦਾਂ ਦੀਆਂ ਖਬਰਾਂ ਬਹੁਤ ਆਉਣਗੀਆਂ ਕਿ ਮੈਨੂੰ ਪੁਲਿਸ ਲੈ ਗਈ, ਮੇਰੇ ਬੰਦਿਆਂ ਨੂੰ ਪੁਲਿਸ ਲੈ ਗਈ, ਲੋਕਾਂ ਨੂੰ ਕੁੱਟ ਦਿੱਤਾ, ਲੜਾਈ ਹੋ ਗਈ, ਕਿਤੇ ਗੋਲੀ ਚੱਲ ਗਈ। ਇਹ ਝੂਠੀਆਂ ਜਿਹੜੇ ਅਫਵਾਹ ਫੈਲਾਉਣਗੇ ਇਹ ਲੋਕ, ਕਿਸੇ ਨੇ ਕੋਈ ਘਬਰਾਉਣਾ ਨਹੀਂ, ਕਿਸੇ ਨੇ ਚਿੰਤਾ ਨਹੀਂ ਕਰਨੀ। ਮੈਂ ਬਿਲਕੁਲ ਠੀਕ ਹੈ, ਪਾਰਟੀ ਦੇ ਸਾਰੀ ਵੋਟ 'ਚ ਜਵਾਬ ਉਹ ਦੇਣਗੇ। ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ, ਪੱਤਰਕਾਰ ਵਿਦੋੜਾ ਪਰਿਵਾਰ ਹੋ, ਪਲੀਜ਼ ਇਹਨਾਂ ਲੋਕਾਂ ਦੀਆਂ ਗੱਲਾਂ 'ਚ ਨਾ ਆਓ, ਇੱਦਾਂ ਦੀ ਝੂਠੀਆਂ ਖਬਰਾਂ ਨਾ ਪਾਓ। ਮੈਂ ਪਾਰਟੀ ਦਾ ਕੰਮ ਕਰ ਰਿਹਾ, ਲੋਕਾਂ ਦੇ ਕੋਲ ਜਾ ਕੇ ਵੋਟ ਦੀ ਅਪੀਲ ਕਰ ਰਿਹਾ ਕਿ ਜ਼ਰੂਰੀ ਨਹੀਂ ਵੋਟ ਕਿਹਨੂੰ ਦੇਣੀ ਹੈ। ਮੈਂ ਸੁਬਹਾ ਦਾ ਹੀ ਅਪੀਲ ਕਰ ਰਿਹਾ ਕਿ ਜਿਹਨੂੰ ਮਰਜ਼ੀ ਵੋਟ ਦਿਓ, ਪਰ ਵੋਟ ਪਾਉਣ ਜ਼ਰੂਰ ਜਾਓ।